ਹੋਲੀ ਮੌਕੇ ਇੱਕ ਨੌਜਵਾਨ ਨਹਿਰ ਦੇ ਵਿੱਚ ਡੁੱਬ ਗਿਆ। ਕਾਫੀ ਸਮਾਂ ਨਹਿਰ ਦੇ ਵਿੱਚ ਤੜਫਦਾ ਰਿਹਾ ਪਰ ਆਖਿਰਕਾਰ ਉਸਦੀ ਜਾਨ ਨਿਕਲ ਗਈ। ਦੋਸਤਾਂ ਦੇ ਨਾਲ ਹੋਲੀ ਖੇਡਣ ਗਿਆ ਸੀ। ਹੋਲੀ ਖੇਡਣ ਤੋਂ ਬਾਅਦ ਨਹਿਰ ਦੇ ਵਿੱਚ ਨਹਾਉਣ ਦੇ ਲਈ ਚਲਾ ਗਿਆ ਔਰ ਪਾਣੀ ਦੇ ਵਿੱਚ ਡੁੱਬਣ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ। ਦਸੂਹਾ ਕੰਢੀ ਨਹਿਰ ਦੇ ਵਿੱਚ ਇਹ ਹਾਦਸਾ ਹੋਇਆ। ਹਾਜੀਪੁਰ ਦੇ ਥਾਣਾ ਸੁਪਰੀਆ ਪਿੰਡ ਦੇ ਗਾਓ ਘਾਟ ਦੇ ਕੋਲ ਇਹ ਨੌਜਵਾਨ ਜਿਸਦਾ ਨਾਮ ਰੋਹਿਤ ਰਾਣਾ ਸੀ ਇਹ ਡੁੱਬ ਗਿਆ। ਹਾਜੀਪੁਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਗਈ। ਲਾਸ਼ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਤਾਂ ਕੰਢੀ ਨਹਿਰ ਦੇ ਵਿੱਚ ਡੁੱਬਣ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ। ਹੋਲੀ ਮੌਕੇ ਆਪਣੇ ਦੋਸਤਾਂ ਦੇ ਨਾਲ ਖੇਡਣ ਗਿਆ ਸੀ। ਖੇਡਣ ਤੋਂ ਬਾਅਦ ਨਹਿਰ ਦੇ ਵਿੱਚ ਨਹਾਉਣ ਦੇ ਲਈ ਉਤਰਿਆ ਤਾਂ ਇਸ ਦੀ ਪਾਣੀ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਡਾਕਟਰ ਅਭਿਨਵ ਸ਼ਰਮਾ, ਇੱਥੇ ਮੈਂ ਐਮਰਜੈਂਸੀ ਡਿਊਟੀ CHC ਹਾਜੀਪੁਰ ਤੇ ਪ੍ਰੈਜ਼ੈਂਟ ਸੀਗਾ। ਪੇਸ਼ੈਂਟ ਦਾ ਨਾਮ ਸੀਗਾ ਰੋਹਿਤ ਰਾਣਾ, ਠੀਕ ਹੈ। 17 ਸਾਲ ਇਹਦੀ ਉਮਰ ਦੱਸੀ ਗਈ ਹੈ। ਇਹ ਮੁੰਡੇ ਹੋਲੀ ਖੇਡ ਰਹੇ ਸੀਗੇ ਤੇ ਉਸ ਤੋਂ ਬਾਅਦ ਇਹ ਨਹਿਰ ਚ ਨਹਾਉਣ ਚੱਲ ਗਏ ਤੇ ਜਿਹੜੇ ਇਹਦੇ ਦੋਸਤ ਨੂੰ ਲੈ ਕੇ ਆਏ ਸੀ ਉਹਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਇਹ ਨਹਿਰ ਚ ਡੁੱਬਣ ਕਰਕੇ ਇਹਦੀ ਲੱਤ ਫਸ ਗਈ ਸੀ ਕਿਤੇ ਨਹਿਰ ਚ ਨਾ, ਤੇ ਉਹਦੇ ਕਰਕੇ ਇਹਨੇ ਕਾਫੀ ਸੰਘਰਸ਼ ਕੀਤਾ ਪਰ ਇਹਨੂੰ ਕੱਢਣ ਚ ਕਾਫੀ ਟਾਈਮ ਲੱਗ ਗਿਆ ਤੇ ਜਿਸ ਟਾਈਮ ਇਹ ਹਸਪੀਟਲ ਤੱਕ ਲੈ ਕੇ ਆਏ ਸੀ ਮੁੰਡੇ ਨੂੰ ਉਦੋਂ ਤੱਕ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀਗੀ ਤੇ ਜਿੱਦਾਂ ਇਹਨੂੰ ਲਿਆਇਆ ਸੀ CPR ਕੀਤਾ ਤੇ ਨਾਲ ਹੀ ECG ਵਗੈਰਾ ਕਰਾਈ ਸੀਗੀ ਤੇ ECG ਚ ਵੀ ਇਹਦੇ ਇਹੀ ਪੁਸ਼ਟੀ ਹੋਈ ਕਿ ਹੈ ਨੀ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਇਨਫੋਰਮ ਕਰਤੀ ਹੈ ਤੇ ਇਹਨਾਂ ਦੇ ਘਰਦਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇਖੋ ਕੀ ਕਾਰਵਾਈ ਬਣਦੀ ਹੈ ਉਹਦੇ ਹਿਸਾਬ ਨਾਲ ਕਰਨਗੇ। ਜਿਹੜੀ ਡੈਡ ਬੋਡੀ ਮਿਲੀ ਕੀ ਮਾਮਲਾ ਜੀ? ਇਹ ਜੀ ਇੱਕ ਡਾਕਟਰੀ ਕਿੱਟ ਆਈ ਸੀ ਥਾਣਾ ਹਾਜੀਪੁਰ ਵਿਖੇ ਵੀ ਇੱਕ ਲੜਕੇ ਦੀ ਨਹਿਰ 'ਚ ਡੁੱਬਣ ਕਰਕੇ ਮੌਤ ਹੋਈ ਹੈ। ਇਹ ਲੜਕੇ ਦਾ ਨਾਂ ਰੋਹਿਤ ਕੁਮਾਰ ਸਨ ਆਫ ਰੋਹਿਤ ਰਾਣਾ ਸਨ ਆਫ ਗੁਰਦਰਬ ਸਿੰਘ ਵਾਸੀ ਬਟਲਾ PSI ਜ਼ੂਆ। ਇਸ 'ਤੇ ਹੁਣ ਆਏ ਹਾਂ ਹੋਸਪਿਟਲ, ਬਾਕੀ ਅਗਲੀ ਕਾਰਵਾਈਆਂ ਦੇ ਵਾਰਸ ਆਉਂਦੇ ਨੇ ਮੌਕੇ 'ਤੇ, ਵਾਰਸਾਂ ਨੂੰ ਪੁੱਛ ਕੇ ਜੋ ਇੱਦਾਂ ਵੀ ਕਹਿਣਗੇ ਉਸ ਅਗਲੀ ਕਾਰਵਾਈ ਕਰਾਂਗੇ। ਹੋਲੀ ਮੌਕੇ ਇੱਕ ਨੌਜਵਾਨ ਨਹਿਰ ਦੇ ਵਿੱਚ ਡੁੱਬ ਗਿਆ। ਕਾਫੀ ਸਮਾਂ ਨਹਿਰ ਦੇ ਵਿੱਚ ਤੜਫਦਾ ਰਿਹਾ ਪਰ ਆਖਿਰਕਾਰ ਉਸਦੀ ਜਾਨ ਨਿਕਲ ਗਈ। ਦੋਸਤਾਂ ਦੇ ਨਾਲ ਹੋਲੀ ਖੇਡਣ ਗਿਆ ਸੀ। ਹੋਲੀ ਖੇਡਣ ਤੋਂ ਬਾਅਦ ਨਹਿਰ ਦੇ ਵਿੱਚ ਨਹਾਉਣ ਦੇ ਲਈ ਚਲਾ ਗਿਆ ਔਰ ਪਾਣੀ ਦੇ ਵਿੱਚ ਡੁੱਬਣ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ। ਦਸੂਹਾ ਕੰਢੀ ਨਹਿਰ ਦੇ ਵਿੱਚ ਇਹ ਹਾਦਸਾ ਹੋਇਆ। ਹਾਜੀਪੁਰ ਦੇ ਥਾਣਾ ਸੁਪਰੀਆ ਪਿੰਡ ਦੇ ਗਾਓ ਘਾਟ ਦੇ ਕੋਲ ਇਹ ਨੌਜਵਾਨ ਜਿਸਦਾ ਨਾਮ ਰੋਹਿਤ ਰਾਣਾ ਸੀ ਇਹ ਡੁੱਬ ਗਿਆ। ਹਾਜੀਪੁਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਗਈ। ਲਾਸ਼ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਤਾਂ ਕੰਢੀ ਨਹਿਰ ਦੇ ਵਿੱਚ ਡੁੱਬਣ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ। ਹੋਲੀ ਮੌਕੇ ਆਪਣੇ ਦੋਸਤਾਂ ਦੇ ਨਾਲ ਖੇਡਣ ਗਿਆ ਸੀ। ਖੇਡਣ ਤੋਂ ਬਾਅਦ ਨਹਿਰ ਦੇ ਵਿੱਚ ਨਹਾਉਣ ਦੇ ਲਈ ਉਤਰਿਆ ਤਾਂ ਇਸ ਦੀ ਪਾਣੀ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਡਾਕਟਰ ਅਭਿਨਵ ਸ਼ਰਮਾ, ਇੱਥੇ ਮੈਂ ਐਮਰਜੈਂਸੀ ਡਿਊਟੀ CHC ਹਾਜੀਪੁਰ ਤੇ ਪ੍ਰੈਜ਼ੈਂਟ ਸੀਗਾ। ਪੇਸ਼ੈਂਟ ਦਾ ਨਾਮ ਸੀਗਾ ਰੋਹਿਤ ਰਾਣਾ, ਠੀਕ ਹੈ। 17 ਸਾਲ ਇਹਦੀ ਉਮਰ ਦੱਸੀ ਗਈ ਹੈ। ਇਹ ਮੁੰਡੇ ਹੋਲੀ ਖੇਡ ਰਹੇ ਸੀਗੇ ਤੇ ਉਸ ਤੋਂ ਬਾਅਦ ਇਹ ਨਹਿਰ 'ਚ ਨਹਾਉਣ ਚੱਲ ਗਏ ਤੇ ਜਿਹੜੇ ਇਹਦੇ ਦੋਸਤ ਨੂੰ ਲੈ ਕੇ ਆਏ ਸੀ ਉਹਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਇਹ ਨਹਿਰ 'ਚ ਡੁੱਬਣ ਕਰਕੇ ਇਹਦੀ ਲੱਤ ਫਸ ਗਈ ਸੀ ਕਿਤੇ ਨਹਿਰ 'ਚ ਨਾ, ਤੇ ਉਹਦੇ ਕਰਕੇ ਇਹਨੇ ਕਾਫੀ ਸੰਘਰਸ਼ ਕੀਤਾ ਪਰ ਇਹਨੂੰ ਕੱਢਣ 'ਚ ਕਾਫੀ ਟਾਈਮ ਲੱਗ ਗਿਆ ਤੇ ਜਿਸ ਟਾਈਮ ਇਹ ਹਸਪੀਟਲ ਤੱਕ ਲੈ ਕੇ ਆਏ ਸੀ ਮੁੰਡੇ ਨੂੰ ਉਦੋਂ ਤੱਕ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀਗੀ ਤੇ ਜਿੱਦਾਂ ਇਹਨੂੰ ਲਿਆਇਆ ਸੀ CPR ਕੀਤਾ ਤੇ ਨਾਲ ਹੀ ECG ਵਗੈਰਾ ਕਰਾਈ ਸੀਗੀ ਤੇ ECG ਚ ਵੀ ਇਹਦੇ
ਇਹੀ ਪੁਸ਼ਟੀ ਹੋਈ ਕਿ ਹੈ ਨੀ, ਤੇ ਉਸ ਤੋਂ ਬਾਅਦ ਅਸੀਂ ਪੁਲਿਸ ਇਨਫੋਰਮ ਕਰਤੀ ਹੈ ਤੇ ਇਹਨਾਂ ਦੇ ਘਰਦਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਹੈ, ਤੇ ਉਸ ਤੋਂ ਬਾਅਦ ਦੇਖੋ ਕੀ ਕਾਰਵਾਈ ਬਣਦੀ ਹੈ, ਉਹਦੇ ਹਿਸਾਬ ਨਾਲ ਕਰਨਗੇ। ਇਹ ਜੀ ਇੱਕ ਡਾਕਟਰੀ ਕਿੱਟ ਆਈ ਸੀ ਥਾਣਾ ਹਾਜੀਪੁਰ ਵਿਖੇ, ਵੀ ਇੱਕ ਲੜਕੇ ਦੀ ਨਹਿਰ 'ਚ ਡੁੱਬਣ ਕਰਕੇ ਮੌਤ ਹੋਈ ਹੈ। ਇਹ ਲੜਕੇ ਦਾ ਨਾਂ ਰੋਹਿਤ ਕੁਮਾਰ ਸਨ ਆਫ ਰੋਹਿਤ ਰਾਣਾ ਸਨ ਆਫ ਗੁਰਦਰਬ ਸਿੰਘ ਵਾਸੀ ਬਟਲਾ PSI ਜ਼ੂਆ। ਇਸ 'ਤੇ ਹੁਣ ਆਏ ਹਾਂ ਹੋਸਪਿਟਲ, ਬਾਕੀ ਆ ਜਿਹੜੀ ਕਾਰਵਾਈਆਂ ਦੇ ਵਾਰਸ ਆਉਂਦੇ ਨੇ ਮੌਕੇ 'ਤੇ ਵਾਰਸਾਂ ਨੂੰ ਪੁੱਛ ਕੇ ਜੋ ਜਿੱਦਾਂ ਵੀ ਕਹਿਣਗੇ ਉਸ ਅਗਲੀ ਕਾਰਵਾਈ ਕਰਾਂਗੇ।